ਸਤਿ ਸ਼੍ਰੀ ਅਕਾਲ ਦਖਾਲੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ 3 ਵਜੇ ਤੱਕ ਦੀਆਂ 7 ਖਾਸ ਖਬਰਾਂ ਦੇ ਨਾਲ ਮੈਂ ਪੁਨੀਤ ਕੋਲ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਖਬਰ ਤੋਂ ਪਾਖੜਾ ਅਤੇ ਪੌਂਗ ਡੈਮ ਵਿੱਚੋਂ ਪਾਣੀ ਛੱਡੇ ਜਾਣ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ ਨੇ ਪੰਜਾਬ ਵਿੱਚ ਤਬਾਹੀ ਮਚਾ ਦਿੱਤੀ ਹੈ ਤੇ ਸੂਬੇ ਦੇ 8 ਜ਼ਿਲ੍ਹਿਆਂ ਦੇ 100 ਦੇ ਕਰੀਬ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕੇ ਨੇ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ ਦੇ ਫਿਰੋਜ਼ਪੁਰ, ਫਾਜ਼ਿਲਕਾ, ਸ਼੍ਰੀ ਮੁਕਸਰ ਸਾਹਿਬ, ਰੋਪੜ, ਹੁਸ਼ਿਆਰਪੁਰ, ਨਵਾਂਸ਼ਹਿਰ, ਤਨਤਨ, ਗੁਦਾਸਪੁਰ ਜ਼ਿਲ੍ਹਿਆਂ ਤੋਂ ਇਲਾਵਾ ਹੋਰ ਇਲਾਕੇ ਹੜਾਂ ਦੀ ਮਾਰ ਚੱਲ ਰਹੇ ਨੇ। ਇਨ੍ਹਾਂ ਜ਼ਿਲ੍ਹਿਆਂ 'ਚ ਵੱਡੀ ਗਿਣਤੀ 'ਚ ਲੋਕ ਬੇਕਾਰ ਹੋ ਚੁੱਕੇ ਨੇ। ਹਰੀਕੇ ਡੈੱਡ ਵਰਕਰਸ ਤੇ ਸਤਲੁਜ ਅਤੇ ਬਿਆਸ ਦਰਿਆ ਦਾ ਪਾਣੀ ਇਕੱਠਾ ਹੋਣ ਕਰਕੇ ਫਿਰੋਜ਼ਪੁਰ ਅਤੇ ਫਾਜ਼ਿਲਕਾ 'ਚ دہشت ਦਾ ਮਾਹੌਲ ਹੈ। ਜਿੱਥੇ ਪ੍ਰਸ਼ਾਸਨ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬਚਾਅ ਕਾਜ ਕੀਤੇ ਜਾ ਰਹੇ ਨੇ। ਸੂਬੇ ਵਿੱਚ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਐਨਡੀਆਰਐਫ ਦੀਆਂ ਯੋਗ ਨਾਲ ਬਚਾ ਕੇ ਅੱਜਾਂ ਵਿੱਚ ਲਗੀਆਂ ਹੋਈਆਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਅੱਜ ਉਹਨਾਂ ਦੀ 90ਵੀਂ ਜਨਮਵਰੀ ਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਪ੍ਰਧਾਨ ਮਲਿਕਾ ਅਜਨ ਖੜਗੇ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਉਹਨਾਂ ਦੀ ਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਵਾਡਰਾ ਜਵਾਈ ਰੋਬਰਟ ਵਾਡਰਾ ਸਣੇ ਹੋਰਨਾ ਕਾਂਗਰਸੀਆਂ ਆਗੂ ਨੇ ਸ਼ਰਧਾਂਜਲੀਆ ਦਿੱਤੀਆਂ ਗਾਂਧੀ ਪਰਿਵਾਰ ਸਨੇ ਹੋਰਨਾ ਆਗੂਆਂ ਵੀਰ ਭੂਮੀ ਜਾ ਕੇ ਫੁੱਲ ਮਾਲਾਵਾ ਨਾਲ ਅਜੀਵ ਗਾਂਧੀ ਨੂੰ ਸ਼ਰਧਾਂਜਲੀ ਅਪਿਤ ਕੀਤੀ ਮੋਦੀ ਨੇ ਇੱਕ ਸੁਨੇਹ ਵਿੱਚ ਕਿਹਾ ਸਭ ਤੋਂ ਪ੍ਰਧਾਨ ਮੰਤਰੀ ਰਜੀਵ ਗਾਂਧੀ ਨੂੰ ਉਹਨਾਂ ਦੀ ਜਨਮ ਵਰੀਗੰਡ ਤੇ ਮੇਰੇ ਵੱਲੋਂ ਸ਼ਰਧਾਂਜਲੀਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਜੋ ਲद्दाख ਦੀ ਚਾਰ ਰੋਜ਼ਾ ਫੇਰੀ ਤੇ ਨੇ ਵੀ ਆਪਣੇ ਪਿਤਾ ਨੂੰ ਯਾਦ ਕੀਤਾ ਰਾਹੁਲ ਨੇ ਟਵੀਟ ਕਰਕੇ ਕਿਹਾ ਕਿ ਪਾਪਾ ਭਾਰਤ ਲਈ ਜੋ ਸੁਪਨੇ ਤੁਸੀਂ ਵੇਖੇ ਸਨ ਉਹ ਇਨ੍ਹਾਂ ਅਨਮੋਲ ਯਾਦਾਂ ਤੋਂ ਪਤਾ ਲੱਗਦਾ ਹੈ ਤੁਹਾਡੀਆਂ ਪੈੜਾਂ ਹਰ ਭਾਰਤੀ ਦੇ ਸੰਘਰਸ਼ ਤੇ ਸੁਪਨਿਆਂ ਨੂੰ ਸਮਝਣਾ ਭਾਰਤ ਮਾਤਾ ਦੀ ਆਵਾਜ਼ ਸੁਣਨਾ ਹੀ ਮੇਰਾ ਰਾਹ ਨੇ ਸਾਬਕਾ ਪ੍ਰਧਾਨ ਮੰਤਰੀ ਦੇ 95ਵੇਂ ਜਨਮ ਦਿਨ ਮੌਕੇ ਪੈਂਗੋਂਗ ਝੀਲ ਕੰਡੇ ਪ੍ਰਾਰਥਨਾ ਸਭਾ ਵੀ ਰੱਖੀ ਗਈ ਜਿਸ ਵਿੱਚ ਰਾਹੁਲ ਗਾਂਧੀ ਵੀ ਸ਼ਾਮਲ ਹੋਏ ਪੰਜਾਬ ਆਜਪਾਤ ਸੁਭਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਨੇ ਕਾਂਗਰਸ ਤੋਂ ਮੁਅਤਲ ਹੋਣ ਤੋਂ ਬਾਅਦ ਆਪਣਾ ਪੱਖ ਪੇਸ਼ ਕੀਤਾ ਉਹਨਾਂ ਨੇ ਕਹਿ ਕੇ ਕਾਂਗਰਸ ਬਹੁਤ ਵੱਡੀ ਪਾਰਟੀ ਹੈ ਇਸ ਲਈ ਘਟੋ-ਘਟ ਉਹਨਾਂ ਦਾ ਪੱਖ ਜਾਣ ਲੈਣਾ ਚਾਹੀਦਾ ਸੀ ਉਹ ਪਾਰਟੀ ਤੋਂ ਮਾਫੀ ਨਹੀਂ ਮੰਗਣਗੇ ਸੰਦੀਪ ਜਾਖੜ ਨੇ ਕਹਿ ਕੇ ਉਹਨਾਂ ਨੇ ਕੋਈ ਕੰਮ ਲੁਕ ਛਿਪ ਕੇ ਨਹੀਂ ਕੀਤਾ ਜੋ ਵੀ ਕੀਤਾ ਖੁੱਲ੍ਹੇਆਮ ਕੀਤਾ ਉਹਨਾਂ ਨੇ ਕਹਿ ਕੇ ਉਹ ਬੋਹਰ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਉਹਨਾਂ ਨੇ ਕਹਿ ਕੇ ਕਿਸੇ ਵੀ ਪੱਤਰ ਦਾ ਜਵਾਬ ਨਹੀਂ ਦੇਣਗੇ ਤੇ ਹੁਣ ਵੀ ਉਹ ਆਪਣੇ ਸਟੈਂਡ ਤੇ ਕਾਇਮ ਨੇ ਜਾਖੜ ਨੇ ਕਹਿ ਕੇ ਵਿਕਲਪ ਹਮੇਸ਼ਾ ਖੁੱਲੇ ਰਹਿੰਦੇ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਜੇਕਰ ਗੱਠਜੋੜ ਹੋ ਸਕਦਾ ਹੈ ਤਾਂ ਭਾਜਪਾ ਚ ਤਾਂ ਅੱਗੇ ਦੀ ਗੱਲ ਹੈ ਉਹਨਾਂ ਨੇ ਕਹਿ ਕੇ ਕਾਂਗਰਸ ਪਾਰਟੀ ਚ ਹੋਰ ਵੀ ਆਗੂ ਨੇ ਜਿਨ੍ਹਾਂ ਦੇ ਘਰ ਅਤੇ ਦੋਹਾਂ ਪਾਰਟੀਆਂ ਦੇ ਝੰਡੇ ਝੂਲ ਰਹੇ ਨੇ ਜਾਖੰਧ ਨੇ ਕਹਿ ਕੇ ਜਦੋਂ ਤੋਂ ਉਹ ਵਿਧਾਇਕ ਨੇ ਉਹ ਲੋਕਾਂ ਦੇ ਭਲੇ ਲਈ ਕੰਮ ਕਰ ਰਹੇ ਨੇ ਤੇ ਇਹ ਗੱਲ ਉਹਨਾਂ ਦੇ ਹਲਕੇ ਦੇ ਲੋਕ ਬਿਹਤਰ ਸਮਝਦੇ ਨੇ ਉਹਨਾਂ ਨੇ ਪਾਰਟੀ ਵਿਰੋਧੀ ਕੋਈ ਵੀ ਕੰਮ ਨਹੀਂ ਕੀਤਾ ਅਮਰਨਾਥ ਦੀ ਯਾਤਰਾ 23 ਅਗਸਤ ਤੋਂ ਆਜੀ ਤੌਰ ਤੇ ਮੁਤਤਰ ਰਹੇਗੀ ਇਹ ਫੈਸਲਾ ਸ਼ਰਧਾਲੂਆਂ ਦੀ ਗਿਣਤੀ ਘਟਣ ਅਤੇ ਟਰੈਕ ਦੀ ਬਹਾਲੀ ਦੇ ਕੰਮਾਂ ਦੇ ਮੱਦੇ ਨਜ਼ਰ ਲਿਆ ਗਿਆ ਹਾਲਾਂਕਿ ਛੜੀ ਮੁਬਾਰਕ ਨੂੰ ਰਵਾਇਤੀ ਪੈਰਗਾਮ ਰੂਟ 'ਤੇ ਯਾਤਰਾ ਜਾਰੀ ਰਹੇਗੀ ਪਿਛਲੇ 60 ਦਿਨਾਂ ਦੌਰਾਨ 4.4 ਲੱਖ ਤੋਂ ਵੱਧ ਸ਼ਰਧਾਲੂ ਅਨੰਤਨਾਗ ਦੇ ਪੈਰਗਾਮ ਰੂਟ ਅਤੇ ਗੰਦਰਬਲ ਜ਼ਿਲ੍ਹੇ ਦੇ ਬਾਲਟਾਲ ਰੂਟ ਰਾਈ ਅਮਨਤ ਦੀ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਨੇ ਭਾਰਤ ਸਰਕਾਰ ਨੇ ਪਿਆਜ਼ ਦੀ ਦਰਾਮਦ ਤੇ 40% ਦੀ ਡਿਊਟੀ ਲਗਾ ਦਿੱਤੀ ਹੈ ਐਨਡੀ ਟੀਵੀ ਦੀ ਰਿਪੋਰਟ ਮੁਤਾਬਕ ਸਤੰਬਰ ਤੋਂ ਪਿਆਜ਼ ਦੀਆਂ ਕੀਮਤਾਂ ਵਿੱਚ ਚੋਖਾ ਵਾਧਾ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਇਹ ਡਿਊਟੀ ਲਗਾਈ ਗਈ ਹੈ ਸ਼ਿਵ ਸੈਨਾ ਆਗੂ ਅਤੇ ਸੰਸਦ ਮੈਂਬਰ ਸੰਜੇ ਰਾਉਤ ਨੇ ਅੱਜ ਦਾਅਵਾ ਕੀਤਾ ਹੈ ਕਿ ਰਾਸ਼ਟਰੀ ਕਾਂਗਰਸ ਪਾਰਟੀ ਆਗੂ ਸ਼ਰਧ ਪਵਾਰ ਆਪਣੇ ਭਤੀਜੇ ਅਜੀਤ ਪਵਾਰ ਵਾਂਗ ਭਾਜਪਾ ਨਾਲ ਹੱਥ ਮਿਲਾਉਣ ਦੀ ਗਲਤੀ ਨਹੀਂ ਕਰਨਗੇ ਰਾਉਤ ਨੇ ਸ਼ਿਵ ਸੈਨਾ ਦੇ ਪੱچے ਸਾਹਮਣਾ ਵਿੱਚ ਆਪਣੇ ਹਫਤਾਵਾਰੀ ਕਾਲਮ ਰੋਕ-ਠੋਕ ਵਿੱਚ ਲਿਖਿਆ ਅਜੀਤ ਪਵਾਰ ਸੱਚਮੁੱਚ ਵੱਡੇ ਆਗੂ ਬਣ ਸਕਦੇ ਨੇ ਜੇ ਉਹ ਆਪਣੀ ਖੁਦ ਦੀ ਸਿਆਸੀ ਪਾਰਟੀ ਬਣਾਉਂਦੇ ਅਤੇ ਚੋਣਾਂ ਲੜਦੇ ਅਜੀਤ ਪਵਾਰ ਨੇ ਜੇਕਰ ਏਕਨਾਥ ਸ਼ਿੰਦੇ ਦੀ ਤਰਜੇ ਦੇ ਭਾਜਪਾ ਦੀ ਮਦਦ ਲਈ ਤਾਂ ਉਹਨਾਂ ਦੀ ਸਿਆਸਤ ਰੇਤ ਦੇ ਕਿਲੇ ਵਾਂਗ ਟਹਿ ਜਾਵੇਗੀ ਸਿਆਸਤ ਵਿੱਚ ਕਦਮ ਮਾਇਨੇ ਰੱਖਦਾ ਹੈ ਅਤੇ ਰੇਤ ਦੇ ਕਿਲੇ ਨਹੀਂ 라ਉਤੂ ਸਾਹਮਨਾ ਦੇ ਕਾਜਕਾਰੀ ਸੰਪਾਦਕ ਨੇ ਪਾਕਿਸਤਾਨ ਦੇ ਖੈਬਰ ਪਖਤੂਨਵਾ صوبੇ ਦੇ ਉੱਤਰੀ ਵਜੀਰਿਸਤਾਨ ਜ਼ਿਲ੍ਹੇ ਵਿੱਚ دہشتੀ ਹਮਲੇ ਵਿੱਚ 11 ਮਜ਼ਦੂਰ ਹਲਾਕ ਅਤੇ 2 ਜਣੇ ਜ਼ਖਮੀ ਹੋ ਗਏ ਨੇ دہشت ਗੱਤਾਂ ਨੇ ਸ਼ਨੀਵਾਰ ਨੂੰ ਸ਼ਾਵਲ ਤਹਿਸੀਲ ਵਿੱਚ ਗੁਲਮੀਰ ਕੋਟ ਨਜ਼ਦੀਕ ਡੈਟੋਨੇਟਰ ਨਾਲ ਧਮਾਕਾ ਕਰਕੇ ਇੱਕ ਵਾਹਨ ਨੂੰ ਨਿਸ਼ਾਨਾ ਬਣਾਇਆ ਜਿਸ ਵਿੱਚ 16 ਮਜ਼ਦੂਰ ਰਸਵਾਸਨ ਇਹ ਮਜ਼ਦੂਰ ਉਸਾਰੀ ਅਧੀਨ ਸਰਕਾਰੀ ਇਮਾਰਤ ਵਿੱਚ ਕੰਮ ਕਰਦੇ ਸਨ ਧਮਾਕੇ ਵਿੱਚ 11 ਮਜ਼ਦੂਰਾਂ ਨੇ ਮੌਕੇ ਤੇ ਤੋੜ ਦਿੱਤਾ ਜਦ ਕਿ ਦੋ ਦੀ ਹਾਲਤ ਨਾਜੁਕ ਹੈ ਅਤੇ ਤਿੰਨ ਲਾਪਤਾ ਨੇ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਹੀ ਉੱਤਰੀ ਦੱਖਣੀ ਵਜੀਰੇਸਤਾਨ ਦੀ ਮਾਕੀਨ ਤਹਿਸੀਲ ਵਿੱਚ دہشت ਗੱਧਾ ਨੇ ਬੰਬਨਕਾਰਾ ਦਸਤੇ ਦੇ ਵਾਹਨ ਨੂੰ ਰਾਕਟ ਨਾਲ ਨਿਸ਼ਾਨਾ ਬਣਾਇਆ ਸੀ ਹਮਲੇ ਵਿੱਚ ਦਸਤੇ ਦੇ ਚਾਰ ਮੈਂਬਰ ਗੰਭੀਰ ਜ਼ਖਮੀ ਹੋ ਗਏ ਸਨ ਬਿਊਰੋ ਰਿਪੋਰਟ ਦਾ ਖਾਲਸ ਟੀਵੀ